ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਹੈ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਅਲੱਗ ਅਲੱਗ ਮੁੱਦਿਆਂ ਦੇ ਬਾਰੇ, ਉਹ ਮੁੱਦੇ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਉੱਪਰ ਕਿਤੇ ਨਾ ਕਿਤੇ ਡੂੰਘਾ ਪ੍ਰਭਾਵ ਪਾਉਂਦੇ ਨੇ। ਅਤੇ ਅੱਜ ਅਸੀਂ ਗੱਲ ਕਰਾਂਗੇ ਇਕੋਨਮੀ ਦੇ ਉੱਪਰ। ਇਕੋਨਮੀ ਦੇ ਉੱਪਰ ਗੱਲ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਜਿਹੜੇ ਨੇ ਇਸ ਟੋਪਿਕ ਦੇ ਜਿਹੜੇ ਮਾਹਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, DAV ਕਾਲਜ ਚੰਡੀਗੜ੍ਹ ਤੋਂ ਡਾਕਟਰ ਰਾਜੀਵ ਖੋਸਲਾ ਜੀ, ਜੋ ਕਿ ਪਿਛਲੇ 19 ਸਾਲਾਂ ਤੋਂ ਇਸ ਵਿਸ਼ੇ ਨੂੰ ਪੜ੍ਹਾ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਜੀ ਸਰ, ਪਿੱਛੇ ਜੀ ਖਬਰ ਆਈ ਕਿ ਜਿਹੜੀ ਭਾਰਤ ਦੀ ਜਿਹੜੀ GDP ਹੈ ਉਹ -23.9 ਹੋ ਚੁੱਕੀ ਹੈ। ਇਹ ਖਬਰ ਸਾਰਿਆਂ ਨੇ ਪੜ੍ਹ ਲਈ, ਸਾਰਿਆਂ ਨੇ ਸੁਣ ਲਈ, ਪਰ ਆਮ ਬੰਦੇ ਦੀ ਜ਼ਿੰਦਗੀ ਦੇ ਉੱਪਰ ਇਸਦਾ ਕੀ ਪ੍ਰਭਾਵ ਪਵੇਗਾ ਉਹ ਸ਼ਾਇਦ ਉਸ ਨੂੰ ਨਹੀਂ ਪਤਾ। ਸੋ ਇਸ ਬਾਰੇ ਪਹਿਲਾਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਹਾਂ ਬਈ, ਆਮ ਬੰਦੇ ਦੇ ਉੱਪਰ ਕੀ ਪ੍ਰਭਾਵ ਪੈਣ ਜਾ ਰਿਹਾ? ਦੇਖੋ ਜੀ, ਜਿਹੜਾ ਇਹ -23.9% ਦੇ ਨਾਲ GDP ਗਿਰੀ ਹੈ, ਪਹਿਲਾਂ ਤਾਂ ਸਾਨੂੰ ਸਿੱਧੇ ਜਿਹੇ ਅੱਖਰਾਂ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਇਹਦਾ ਮਤਲਬ ਕੀ ਹੈ। ਇਹਦੇ ਦੂਜੇ ਪੱਖ ਤੇ ਆਉਣੇ ਕਿ ਇਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪਹਿਲੀ ਜਿਹੜੀ ਚੀਜ਼ ਹੈ ਕਿ 23.9 ਹੈ ਕਿਆ ਚੀਜ਼। ਜੇ ਆਪਾਂ ਇਹ ਲੈ ਕੇ ਚੱਲੀਏ ਕਿ ਪਿਛਲੀ ਤਿਮਾਹੀ ਯਾਨੀ ਕਿ 2019 ਦੇ ਵਿੱਚ ਅਪ੍ਰੈਲ, ਮਈ ਤੇ ਜੂਨ ਮਹੀਨੇ ਦੇ ਵਿੱਚ ਜੇ ਜਿਹੜੀ ਪੈਦਾਵਾਰ ਹੈ ਉਹ 100 ਕਿਲੋ ਸੀ, ਜਾਂ ਉਤਪਾਦਨ ਜਿਹੜਾ ਹੋਇਆ ਉਹ 100 ਕਿਲੋ ਦਾ ਹੋਇਆ ਜਾਂ 100 ਰੁਪਈਏ ਦਾ ਹੋਇਆ, ਐਤਕੀ ਉਹ ਡਿੱਗ ਕੇ 24 ਰੁਪਈਏ ਦੇ ਨਾਲ 76 ਰੁਪਈਏ ਦਾ ਹੋ ਗਿਆ। ਇੱਕ 24 ਮੀਲ ਦਾ ਇੱਕ ਇਹੋ ਜਿਹਾ ਖੱਡਾ ਖੋਦਿਆ ਗਿਆ ਹੈਗਾ ਜਿਹਨੂੰ ਭਰਨਾ ਹੁਣ ਅਸੀਂ ਅਗਲੇ 9 ਮਹੀਨਿਆਂ ਦੇ ਵਿੱਚ, ਅਗਲੀਆਂ 3 ਤਿਮਾਹੀਆਂ ਦੇ ਵਿੱਚ ਉਸ ਡੂੰਘੇ ਖੱਡੇ ਨੂੰ ਅਸੀਂ ਭਰਨਾ। ਹੁਣ ਮੈਂ ਇਹਦੇ ਦੂਜੇ ਪੱਖ ਤੇ ਆਉਣਾ ਕਿ ਇਹਦਾ ਆਮ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ। ਦੇਖੋ ਜੀ, ਅਸੀਂ ਸਾਡੀ ਇਹਦੇ ਨਾਲ GDP ਦੇ ਨਾਲ ਸਾਡੀ ਸਾਰੀਆਂ ਦੀਆਂ ਅਰਥਚਾਰਾ ਸਾਡਾ ਸਾਰਾ GDP ਦੇ ਨਾਲ ਜੁੜਿਆ ਹੋਇਆ, ਜਾਂ ਆਪਾਂ ਇੱਦਾਂ ਕਹਿ ਲਈਏ ਵੀ ਅਰਥਚਾਰਾ ਜਿੱਦਾਂ ਜਿੱਦਾਂ ਜਿਹੜਾ ਇਕੋਨਮੀ ਦਾ ਚੱਕਰ ਹੈ ਉਹ ਘੁੰਮਦਾ ਹੈਗਾ, ਉਸ ਤਰੀਕੇ ਦੇ ਨਾਲ GDP ਜਿਹੜੀ ਹੈ ਉਹ ਵੱਧਦੀ ਹੈ। ਹੁਣ ਜੇ GDP ਘਟੀ ਹੈ ਤਾਂ ਇਹਦਾ ਜਿਹੜੀ ਉਤਪਾਦਨ ਹੈ ਇਹ ਘਟਿਆ, ਤਾਂ ਹੋਏਗਾ ਕੀ ਕਿ ਇਹਦੇ ਨਾਲ ਜਿਹੜਾ ਉਤਪਾਦਕ ਹੈਗਾ ਉਹਨੇ ਆਮ ਲੋਕ ਜਿਹੜੇ ਉਹਦੇ ਕੋਲ ਨੌਕਰੀ ਕਰ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਛੁੱਟੀ ਕਰ ਦੇਣੀ ਹੈ। ਜਦੋਂ ਜਾਂ ਜੇ ਛੁੱਟੀ ਨਹੀਂ ਕਰੇਗਾ ਤਾਂ ਘੱਟੋ ਘੱਟ ਉਹਨਾਂ ਦੇ ਜਿਹੜੇ ਵੇਜਿਸ ਨੇ ਜਾਂ ਉਹਨਾਂ ਦੀ ਜਿਹੜੀ ਤਨਖਾਹਾਂ ਨੇ ਉਹਨਾਂ ਦੇ ਵਿੱਚ ਕਮੀ ਕਰ ਦੇਗਾ। ਜਦੋਂ ਕਮੀ ਹੋਏਗੀ ਤਾਂ ਉਹ ਕਮੀ ਦੇ ਨਾਲ ਜਿਹੜੇ ਆਮ ਲੋਕ ਹੈ ਜਿਹੜੇ ਉੱਥੇ ਨੌਕਰੀ ਕਰਦੇ ਆ ਉਹਨਾਂ ਦੀ ਜਿਹੜੀ ਮੰਗ ਹੈ ਜਾਂ ਖਪਤ ਹੈ ਉਹ ਗਿਰ ਜਾਏਗੀ। ਜਦੋਂ ਉਹ ਗਿਰੇਗੀ ਤਾਂ ਜਿਹੜਾ ਵਪਾਰੀ ਹੈ ਅਗਲੀ ਵਾਰ ਅਗਲੇ ਚੱਕਰ ਦੇ ਵਿੱਚ ਉਹ ਘੱਟ ਉਤਪਾਦਨ ਕਰੇਗਾ, ਕਿਉਂਕਿ ਵਪਾਰ ਜਿਹੜਾ ਹੁੰਦਾ ਇਹ ਜ਼ਿਆਦਾਤਰ ਫਾਈਨਾਂਸ ਕੀਤਾ ਹੁੰਦਾ, ਕਰਜ਼ੇ ਲੈ ਕੇ ਚੱਲਿਆ ਹੁੰਦਾ, ਤਾਂ ਇਹ ਜਿਹੜੇ ਵਪਾਰੀ ਲੋਕ ਨੇ ਇਹ ਬੈਂਕਾਂ ਨੂੰ ਵੀ ਪ੍ਰੋਪਰਲੀ ਪੂਰੇ ਤਰੀਕੇ ਦੇ ਨਾਲ ਕਰਜ਼ੇ ਨਹੀਂ ਲਾ ਸਕਣਗੇ। ਤਾਂ ਇਹ ਸਾਰੇ ਪਾਸੇ ਇੱਕ ਸੰਕਟ ਦੀ ਜਿਹੜੀ ਸਥਿਤੀ ਹੈ ਉਹ ਆ ਜਾਂਦੀ ਹੈ। ਤਾਂ ਪ੍ਰਭਾਵ ਜਿਹੜਾ ਹੈਗਾ ਉਹ ਇੱਕ ਪਾਸੇ ਤਾਂ ਨੌਕਰੀ ਦਾ ਪਏਗਾ ਕਿ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਉਹ ਘੱਟ ਜਾਣਗੀਆਂ, ਦੂਜੇ ਪਾਸੇ ਮੰਗ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਕਮੀ ਦੇਖਣ ਨੂੰ ਮਿਲੇਗੀ। ਜੀ ਸਰ, ਜਿਹੜੀ GDP -23.9 ਹੋ ਗਈ ਹੈ, ਤੁਸੀਂ ਦੱਸ ਦਿੱਤਾ ਕਿ ਹਾਂ ਵੀ ਜਿਹੜੀ ਬੇਰੁਜ਼ਗਾਰੀ ਹੈ ਉਹ ਵੀ ਚਲੋ ਵੱਧ ਗਈ, ਉਹ ਵੀ ਉਸਦਾ ਕਾਰਨ ਹੈ, ਮਹਿੰਗਾਈ ਵੱਧ ਸਕਦੀ ਹੈ। ਸਰ ਫਿਰ ਵੀ ਅਗਰ ਗੱਲ ਕਰੀਏ ਕਿ ਕਿੰਨਾ ਟਾਈਮ ਲੱਗ ਸਕਦਾ ਹੈ ਕਿ ਦੁਬਾਰਾ ਜਿਹੜੀ GDP ਹੈ, ਅਸੀਂ ਨਹੀਂ ਕਹਿੰਦੇ ਕਿ ਬਹੁਤ ਜ਼ਿਆਦਾ ਵਧੀਆ ਹੋ ਜਾਵੇ, ਪਰ ਕਮ ਸੇ ਕਮ ਪੋਜ਼ਿਟਿਵ ਵਿੱਚ ਆਉਣ ਵਿੱਚ ਵੀ ਕਿੰਨਾ ਸਮਾਂ ਲੱਗ ਸਕਦਾ ਹੈ? ਦੇਖੋ ਜੀ, ਪੋਜ਼ਿਟਿਵ ਦੇ ਲਈ ਅਲੱਗ ਅਲੱਗ ਐਸਟੀਮੇਟਸ ਆ ਰਹੇ ਹੈ। ਜਦੋਂ ਅਸੀਂ ਇੱਕ ਇਸ ਸਾਲ ਦੇ ਪੂਰੇ ਸਾਲਾਨਾ ਗੱਲ ਕਰਦੇ 2021
ਵਿੱਤੀ ਵਰ੍ਹੇ ਦੀ ਕਿ ਅਗਲੇ ਮਾਰਚ 31 ਮਾਰਚ 2021 ਤੱਕ ਇਹ GDP ਨੂੰ ਲੈ ਕੇ ਅਲੱਗ ਅਲੱਗ ਜਿਹੜੀਆਂ ਖੋਜੀ ਸੰਸਥਾ ਨੇ ਉਹਨਾਂ ਦੇ ਜਿਹੜੇ ਅੰਕੜੇ ਆ ਰਹੇ ਹੈ ਉਹ ਬਹੁਤ ਹੀ ਮਾੜੇ ਤਰੀਕੇ ਦੇ ਨਾਲ ਇਸ ਨੂੰ ਪ੍ਰੋਜੈਕਟ ਕਰ ਰਹੀਆਂ ਨੇ, ਚਾਹੇ ਉਹ ਮੂਡੀਜ਼ ਹੈ, ਭਾਵੇਂ ਉਹ ਫਿਚ ਹੈ, ਇਕਰਾ ਹੈ, SBI ਰਿਸਰਚ ਹੈ, ਜਾਂ ਨਿੱਜੀ ਤੌਰ 'ਤੇ ਜਿੱਦਾਂ ਸਾਡੇ ਪ੍ਰਣਵ ਸੇਨ ਜੀ ਜਿਹੜੇ ਪੁਰਾਣੇ ਚੀਫ ਸਟੈਟਿਸਟੀਸ਼ੀਅਨ ਹੋਏ ਨੇ ਭਾਰਤ ਦੇ, ਉਹਨਾਂ ਦਾ ਕਹਿਣਾ ਹੈ, ਉਹਨਾਂ ਦਾ ਮੰਨਣਾ ਹੈ ਕਿ GDP ਐਤਕੀ ਤਾਂ ਮਨਫੀ ਡਬਲ ਡਿਜਿਟ ਦੇ ਵਿੱਚ ਰਹੇਗੀ, ਮਤਲਬ ਘੱਟੋ ਘੱਟ 10-12-14 ਪ੍ਰਣਵ ਸੇਨ ਜੀ ਦਾ ਕਹਿਣਾ ਵੀ -14% ਤੱਕ ਦੀ ਸਾਡੀ ਗਰੋਥ ਰਹੇਗੀ। ਇਹ ਖੱਡਾ ਜਿਹੜਾ ਹੋ ਗਿਆ ਜਿਹਦੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਜਿਹੜਾ ਇਹ ਖੱਡਾ 23.9% ਦੇ ਨਾਲ ਇੱਕ ਬਣ ਗਿਆ, ਇਸ ਖੱਡੇ ਨੂੰ ਪਹਿਲਾਂ ਤਾਂ ਸਾਨੂੰ ਭਰਨਾ ਪਏਗਾ, ਜਿਹਨੂੰ ਅਸੀਂ ਭਰਨ ਦੇ ਵਿੱਚ ਥੋੜ੍ਹਾ ਕਾਮਯਾਬੀ ਮਿਲੇਗੀ। ਤਾਂ ਜਿਹੜਾ ਹੁਣ ਤੁਸੀਂ ਸਵਾਲ ਪੁੱਛਿਆ ਵੀ ਇਹਨੂੰ ਕਿੰਨਾ ਸਮਾਂ ਲੱਗੇਗਾ, ਇਹ ਸਾਲ ਤਾਂ ਬਿਲਕੁਲ ਨਹੀਂ, ਅਗਲੇ ਸਾਲ ਦੇ ਵਿੱਚ ਇਹ ਉੱਤੇ ਜਾਏਗੀ। ਉਹ ਉੱਤੇ ਇਸ ਕਰਕੇ ਪਹੁੰਚ ਸਕਦੀ ਹੈ ਜਾਂ ਸਾਨੂੰ ਇਸ ਕਰਕੇ ਉੱਪਰ ਨਜ਼ਰ ਆਏਗੀ ਕਿਉਂਕਿ ਜਿਹੜਾ ਡਿਨੋਮੀਨੇਟਰ ਹੈ ਅਗਲੇ ਸਾਲ ਅਸੀਂ ਇਸ ਚੀਜ਼ ਨੂੰ ਜਿਹੜੀ ਸਾਡੀਆਂ ਫਿਗਰਸ ਹੈ GDP ਨੂੰ ਅਸੀਂ ਕੀ ਕਰਦੇ ਹਾਂ, GDP ਜਿਹੜੀ ਹੈ ਘਰੇਲੂ ਉਤਪਾਦ ਨੂੰ ਅਸੀਂ ਕਿੱਦਾਂ ਕੈਲਕੂਲੇਟ ਕਰਦੇ ਹਾਂ, ਇਹਦੀ ਜਿਹੜੀ ਗਣਨਾ ਹੁੰਦੀ ਹੈ ਪਿਛਲਾ ਜਿਹੜਾ ਉਹਨੂੰ ਅਸੀਂ ਡਿਨੋਮੀਨੇਟਰ ਲੈਂਦੇ ਹਾਂ ਤਾਂ ਉੱਪਰ ਰੱਖਦੇ ਹੈਗੇ ਹਾਂ ਵੀ ਐਤਕੀ ਕਿੰਨੀ ਹੋਈ ਹੈ, ਤਾਂ ਉਹਨੂੰ ਪਰਸੈਂਟੇਜ ਦੇ ਵਿੱਚ ਇਸ ਚੀਜ਼ ਦੇ ਨਾਲ ਉਹਦੀ ਗਣਨਾ ਕਰਦੇ ਹਾਂ। 76/100 76% 23/100 23% ਹੁਣ ਅਗਲੀ ਵਾਰੀ ਜਿਹੜਾ ਬੇਸ ਹੈ ਜਿਹੜਾ ਇਹਦਾ ਬੇਸ ਹੈ ਉਹੀ ਘੱਟ ਨਜ਼ਰ ਆਏਗਾ, 100 ਨਹੀਂ ਹੋਏਗਾ ਉਹ 76 ਹੋਏਗਾ, ਤਾਂ ਉਹ 23-24-25 ਜਿੰਨਾ ਵੀ ਅਸੀਂ ਉੱਪਰ ਜਿੰਨੀ ਕੁ ਵੀ ਪ੍ਰੋਡਕਸ਼ਨ ਕਰਾਂਗੇ ਜਿੰਨੀ ਵੀ ਪੈਦਾਵਾਰ ਕਰਾਂਗੇ ਤਾਂ ਥੋੜ੍ਹੀ GDP ਉੱਤੇ ਨਜ਼ਰ ਆਏਗੀ, ਬਟ ਇਨ ਰੀਅਲ ਸੈਂਸ ਸਾਡੀ GDP ਹਜੇ 2024-25 ਤੱਕ ਪੋਜ਼ਿਟਿਵ ਟਰਮਸ ਦੇ ਵਿੱਚ 6-7-8% ਵਾਲੀ ਜਿਹੜੀ ਐਕਚੁਅਲ ਰਫ਼ਤਾਰ 'ਤੇ ਦੌੜ ਰਹੀ ਸੀ ਉਹ ਨਹੀਂ ਨਜ਼ਰ ਆਏਗੀ ਘੱਟੋ ਘੱਟ 3-4 ਸਾਲ। ਜੀ ਡਾਕਟਰ ਸਾਹਿਬ, ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਇੱਦਾਂ ਹੀ ਜਾਰੀ ਰਹੇਗੀ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਫਿਲਹਾਲ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਤੁਹਾਡੇ ਨਾਲ। ਪੰਜਾਬ ਮੇਲ USA ਚੈਨਲ ਦਾ ਇੱਕ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਜ਼ਰੂਰੀ ਨੁਕਤਿਆਂ ਬਾਰੇ ਤੁਹਾਨੂੰ ਜਾਣੂ ਕਰਾਉਂਦਾ, ਅਮਰੀਕੀ ਸਿਆਸਤ ਦੀ ਤਾਜ਼ਾ ਗੱਲਬਾਤ ਸੁਣਾਉਂਦਾ, ਪੰਜਾਬ ਮੇਲ USA ਚੈਨਲ ਦਾ ਵੀਕਲੀ ਪ੍ਰੋਗਰਾਮ ਅਮਰੀਕਾ ਅੱਜ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਛੱਤਰ ਗਿੱਲ ਅਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ TV ਚੈਨਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਡਾਕਟਰ ਸਾਹਿਬ, ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਕੋਨਮੀ ਦੇ ਉੱਪਰ, ਤਾਂ ਜਿਹੜੀ ਇਕੋਨਮੀ ਹੈ ਜਿਹੜੀ ਡਾਊਨ ਗਈ ਹੈ, GDP ਜਿਹੜੀ ਡਾਊਨ ਗਈ ਹੈ, ਉਸਦਾ ਹਰ ਇੱਕ ਸੈਕਟਰ ਦੇ ਉੱਪਰ ਕਾਫੀ ਡੂੰਘਾ ਪ੍ਰਭਾਵ ਪਿਆ। ਅਗਰ ਗੱਲ ਕਰੀਏ ਕਾਰਪੋਰੇਟ ਸੈਕਟਰ ਦੀ, ਤਾਂ ਉਹਨਾਂ ਦਾ ਕੀ ਹਾਲ ਚੱਲ ਰਿਹਾ ਅਤੇ ਉਹ ਕਿਵੇਂ ਰਿਵਾਈਵ ਹੋਣਗੇ? ਕਾਰਪੋਰੇਟ ਸੈਕਟਰ ਦੇ ਵਿੱਚ ਸਭ ਤੋਂ ਜਿਹੜਾ ਡੂੰਘੇ ਤਰੀਕੇ ਦੇ ਨਾਲ ਜਿਹੜੇ ਹਿੱਟ ਹੋਏ ਨੇ ਉਹ 3 ਸੈਕਟਰ ਸਾਡੇ ਸਾਹਮਣੇ ਨਜ਼ਰ ਆ ਰਹੇ ਨੇ। ਪਹਿਲਾ ਸੈਕਟਰ ਹੈ ਏਵੀਏਸ਼ਨ ਸੈਕਟਰ, ਏਅਰਲਾਈਨਸ ਦਾ ਸੈਕਟਰ, ਟੂਰਿਜ਼ਮ, ਹੋਸਪਿਟੈਲਿਟੀ ਸੈਕਟਰ। ਇਹ ਜਿਹੜੇ 3 ਸੈਕਟਰਸ ਨੇ ਜਿਹੜੇ ਸਭ ਤੋਂ ਵੱਡੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਉੱਤੇ ਹਿੱਟ ਹੋਈ ਹੈ, ਕਿਉਂਕਿ ਲੋਕਾਂ ਦਾ ਜਿਹੜਾ ਪਹਿਲਾਂ ਤਾਂ ਲੋਕਡਾਊਨ ਹੋ ਗਏ, ਫਿਰ ਸੰਸਾਰਕ ਤੌਰ 'ਤੇ ਸਰਕਾਰਾਂ ਨੇ ਲੋਕਾਂ ਦੀ ਆਵਾਜਾਈ 'ਤੇ ਕਿਸੇ ਨਾ ਕਿਸੇ ਤਰੀਕੇ ਦੀ
ਰੋਕਥਾਮ ਘਟਤੀ ਸੀਗੀ, ਉਹਦੇ ਕਰਕੇ ਇਹਨਾਂ ਸੈਕਟਰਸ ਦੇ ਉੱਤੇ ਜ਼ਿਆਦਾ ਪ੍ਰਭਾਵ ਪੈ ਰਿਹਾ। ਫਿਰ ਅੱਗੇ ਜਿਹੜੀ ਗੱਲ ਵੀ ਇਹਨਾਂ ਦੇ ਵਿੱਚ ਵੱਡੇ ਤੌਰ 'ਤੇ ਇਹਨਾਂ ਨੇ ਆਪਣੇ ਆਪ ਨੂੰ ਫਾਈਨਾਂਸ ਕਰਾਇਆ ਹੋਇਆ, ਬੈਂਕਾਂ ਦੇ ਉੱਤੋਂ ਕਰਜ਼ਾ ਲਿੱਤਾ ਹੋਇਆ, ਕਿਉਂਕਿ ਹਵਾਈ ਜਹਾਜ਼ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਰੋੜਾਂ ਦੇ ਵਿੱਚ ਬਣਦੀ ਹੈ ਅਤੇ ਕਿਸੇ ਆਮ ਆਦਮੀ ਦਾ ਸਿੱਧੇ ਤੌਰ 'ਤੇ ਉਹਨੂੰ ਖਰੀਦਣਾ ਔਖਾ ਹੋ ਜਾਂਦਾ, ਤਾਂ ਉਹ ਫਾਈਨਾਂਸ ਕਰਾਉਂਦੇ ਹੈ। ਇੱਦਾਂ ਹੀ ਹੋਟਲ ਇੰਡਸਟਰੀ ਜਿਹੜੀ ਹੈ ਉਹ ਵੱਡੇ ਤੌਰ 'ਤੇ ਫਾਈਨਾਂਸ ਹੋਈ ਹੈ, ਇਸੇ ਤਰ੍ਹਾਂ ਰੀਅਲ ਇਸਟੇਟ ਜਿਹੜੀ ਹੈ ਉਹ ਵੀ ਸਾਡਾ ਸੈਕਟਰ ਜਿਹੜਾ ਹੈ ਉਹ ਵੀ ਫਾਈਨਾਂਸ ਹੋਇਆ ਹੋਇਆ। ਤਾਂ ਇਹਨਾਂ ਦੇ ਉੱਤੇ ਇੱਕ ਪ੍ਰਭਾਵ ਤਾਂ ਇਹ ਹੈਗਾ ਕਿ ਇਹਨਾਂ ਦੇ ਆਪਣੇ ਮੁਨਾਫੇ ਜਿਹੜੇ ਹੈ ਉਹ ਟੁੱਟ ਰਹੇ ਨੇ, ਜਿਹਦੇ ਕਰਕੇ ਅਨਇੰਪਲੋਇਮੈਂਟ ਜਾਂ ਬੇਰੁਜ਼ਗਾਰੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਦੂਜੀ ਜਿਹੜੀ ਚੀਜ਼ ਹੈਗੀ ਹੈ ਵੀ ਬੈਂਕਾਂ ਦੇ ਉੱਤੇ ਵੀ ਇਹਦਾ ਅਸਰ ਆ ਰਿਹਾ, ਤਾਂ ਕਾਰਪੋਰੇਟ ਸੈਕਟਰ ਦੋ ਪੱਖੋਂ ਦੀ ਤੰਗ ਹੋ ਰਿਹਾ, ਇੱਕ ਪਾਸੇ ਇਹਨਾਂ ਦੇ ਆਪਣੇ ਮੁਨਾਫੇ ਟੁੱਟ ਰਹੇ ਹੈ, ਦੂਜੇ ਪਾਸੇ ਇਹਦਾ ਜਿਹੜਾ ਭਾਰ ਹੈ ਉਹ ਬੈਂਕਾਂ ਦੇ ਉੱਤੇ ਲੱਦਿਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜੀ ਸਰ, ਤੁਸੀਂ ਗੱਲ ਕੀਤੀ ਹੈ ਬੈਂਕਿੰਗ ਸੈਕਟਰ ਦੀ, ਤਾਂ ਅਗਰ ਗੱਲ ਕਰੀਏ ਕਿ ਪੂਰੇ ਦੇਸ਼ ਵਿੱਚ ਕਾਫੀ ਲੋਕਾਂ ਦੀ ਜਿਹੜੀ ਨੌਕਰੀ ਹੈ ਉਹ ਜਾ ਚੁੱਕੀ ਹੈ, ਕਾਫੀ ਚਿਰ ਜਿਹੜਾ ਪੂਰਾ ਭਾਰਤ ਹੈ ਉਹ ਪੂਰਾ ਬੰਦ ਰਿਹਾ, ਸੋ ਲੋਕੀ ਮਜਬੂਰ ਹੋ ਚੁੱਕੇ ਸਨ ਕਿ ਹਾਂ ਵੀ ਬੈਂਕਾਂ ਵਿੱਚ ਜਿਹੜੀ ਉਹਨਾਂ ਦੀ ਸੇਵਿੰਗ ਸੀਗੀ ਉਹ ਉਹਨਾਂ ਨੇ ਯੂਜ਼ ਕੀਤੀ, ਸੋ ਬੈਂਕਾਂ ਵਿੱਚ ਵੀ ਜਿਹੜਾ ਪੈਸਾ ਹੈ ਉਹ ਕਾਫੀ ਘੱਟ ਗਿਆ, ਸੋ ਬੈਂਕਾਂ ਦਾ ਕੀ ਹਾਲ ਚੱਲ ਰਿਹਾ, ਕਿਉਂਕਿ ਕਾਫੀ ਸਾਰੇ ਬੈਂਕਸ ਨੇ ਜਿਹਨਾਂ ਦੇ NPA ਜਿਹੜੇ ਨੇ ਨੋਨ ਪ੍ਰੋਫਿਟ ਜਿਹੜੇ ਐਸੈਟ ਨੇ ਉਹਨਾਂ ਦੇ ਉਹ ਵੱਧਦੇ ਜਾ ਰਹੇ ਨੇ, ਸੋ ਕੀ ਹਾਲ ਅਤੇ ਕੀ ਫਿਊਚਰ ਹੋ ਸਕਦਾ ਹੈ ਬੈਂਕਾਂ ਦਾ ਵੀ? ਮੋਹਿਤ ਜੀ, ਬੈਂਕਾਂ ਦੇ ਲਈ ਜਿਹੜਾ ਭਵਿੱਖ ਹੈ ਉਹ ਕੋਈ ਸੁਖਾਵਾਂ ਖਬਰਾਂ ਲੈ ਕੇ ਨਹੀਂ ਆ ਰਿਹਾ ਜੀ। ਸਾਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਕਿ ਜਦੋਂ ਅਸੀਂ ਕੋਵਿਡ ਤੋਂ ਪਹਿਲਾਂ ਜਿਹੜਾ ਅਸੀਂ ਪਿਛਲੇ ਸਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਸਾਡੀ ਅਰਥਵਿਵਸਥਾ, ਸਾਡਾ ਅਰਥਚਾਰਾ ਪਹਿਲਾਂ ਤੋਂ ਮੰਦੀ ਦੇ ਵਿੱਚ ਆ ਗਿਆ ਸੀ, ਤਾਂ ਜਿਹੜੀਆਂ ਰਿਪੋਰਟਾਂ ਵੀ ਆ ਰਹੀਆਂ, ਹੁਣ ਜੁਲਾਈ ਦੇ ਮਹੀਨੇ ਦੇ ਵਿੱਚ ਇੱਕ ਰਿਜ਼ਰਵ ਬੈਂਕ ਨੇ ਰਿਪੋਰਟ ਦਿੱਤੀ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ, ਜਿਹੜੀ ਇਹ ਕਹਿੰਦੀ ਹੈ ਕਿ ਬੈਂਕਾਂ ਦਾ ਜਿਹੜਾ ਸਾਡਾ ਨੋਨ ਪਰਫੋਰਮਿੰਗ ਐਸੈਟ ਹੈ ਉਹ ਵੱਧ ਜਾਣਗੇ। ਉਹ ਹੁਣ ਪਹਿਲਾਂ ਤਾਂ ਉਹ ਵੱਧ ਗਏ, ਹੁਣ ਉਹ ਤਾਂ ਪੁਰਾਣੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਦੇ ਕਰਕੇ ਵੱਧ ਗਏ, ਹੁਣ ਉਹਦੇ ਵਿੱਚ ਇੱਕ ਲੋਕਡਾਊਨ ਨੇ ਨਵੀਂ ਐਡੀਸ਼ਨ ਕਰਤੀ ਹੈ, ਖਾਸ ਕਰਕੇ ਜਿਹੜੇ ਪਬਲਿਕ ਸੈਕਟਰ ਬੈਂਕਸ ਹੈ, ਜਿਹੜੇ ਜਨਤਕ ਖੇਤਰ ਦੇ ਬੈਂਕ ਹੈ, ਉਹਨਾਂ ਦੇ ਉੱਤੇ ਲੋਕਾਂ ਨੇ ਉਹਨਾਂ ਤੋਂ ਲੋਨ ਲਿੱਤਾ ਹੈ। ਪ੍ਰਾਈਵੇਟ ਵਾਲਾ ਫਿਰ ਵੀ ਥੋੜ੍ਹਾ ਸੰਭਾਲ ਕੇ ਦਿੰਦਾ, ਜਿਹੜਾ ਜਨਤਕ ਖੇਤਰ ਦੇ ਬੈਂਕ ਹੈ ਉਹਨਾਂ 'ਤੇ ਬਹੁਤ ਤਰੀਕੇ ਦੇ ਪ੍ਰੈਸ਼ਰਸ ਹੁੰਦੇ ਨੇ, ਅਤੇ ਉਹਨਾਂ ਪ੍ਰੈਸ਼ਰ ਦੇ ਅੰਡਰ ਉਹਨਾਂ ਨੇ ਲੋਕਾਂ ਨੂੰ ਲੋਨ ਤਾਂ ਦੇ ਦਿੱਤੇ, ਲੇਕਿਨ ਉਹ ਲੋਨ ਦੀ ਪਹਿਲਾਂ ਉਹ ਮੁਅੱਤਲ ਹੋ ਗਏ, ਸਰਕਾਰਾਂ ਨੇ ਉਹਨਾਂ ਨੂੰ 31 ਅਗਸਤ ਤੱਕ ਤਾਂ ਮੁਅੱਤਲ ਕਰਤਾ ਸੀਗਾ, ਸਾਨੂੰ ਇਹੀ ਨਹੀਂ ਪਤਾ ਵੀ ਸਾਡਾ ਲੋਨ ਕਿੱਥੇ ਜਾ ਰਿਹਾ। ਤਾਂ ਜਿਹੜਾ ਕਾਰਪੋਰੇਟ ਦੀ ਸਮੱਸਿਆ ਸੀਗੀ ਉਹ ਲੋਨ ਦੇ ਵਿੱਚ ਜਾਂ ਨੋਨ ਪਰਫੋਰਮਿੰਗ ਐਸੈਟਸ ਦੇ ਵਿੱਚ ਐਡੀਸ਼ਨ ਕਰ ਰਹੀ ਹੈ, ਜਿਹਨੇ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਨੇ ਜ਼ਿਕਰ ਵੀ ਕੀਤਾ ਕਿ ਹੋਰ ਵਧੇਗਾ। ਹੁਣ ਇਹਦੇ ਵਿੱਚ ਦੂਜੀ ਜਿਹੜੀ ਡਾਇਮੈਂਸ਼ਨ ਇੱਕ ਹੋਰ ਐਡ ਹੋ ਗਈ ਹੈ ਉਹ ਇਹ ਬਣਦੀ ਹੈ ਕਿ ਜਿਹੜੇ ਰਿਟੇਲ ਸੈਕਟਰ ਦੇ ਲੋਨ ਸੀਗੇ, ਜਿਹੜੇ ਛੋਟੇ ਲੋਕਾਂ ਨੇ ਲੋਨ ਦਿੱਤੇ ਸੀ ਜਾਂ ਮੁਦਰਾ ਦੇ ਵਿੱਚ ਜਿਹਨਾਂ ਲੋਕਾਂ ਨੂੰ 10 ਲੱਖ, 5 ਲੱਖ ਜਾਂ 50 ਹਜ਼ਾਰ, ਕਿਉਂਕਿ ਉਹਦੇ 3 ਸ਼੍ਰੇਣੀਆਂ ਬਣਾਈਆਂ ਹੋਈਆਂ, 50 ਹਜ਼ਾਰ ਤੱਕ ਦੀ, 5 ਲੱਖ ਤੱਕ ਦੀ ਅਤੇ 10 ਲੱਖ ਤੱਕ ਦੀ, ਹੁਣ ਇਹ ਵਾਲੇ ਲੋਨ ਜਿਹੜੇ ਕਿਸੇ ਸਬਜ਼ੀ ਵਾਲੇ ਨੇ, ਭਾਜੀ ਵਾਲੇ ਨੇ, ਕਿਸੇ ਨੇ ਫੜੀ ਵਾਲੇ ਨੇ ਜਿਹੜੇ ਲੋਨ ਲਿੱਤੇ ਹੋਏ ਸੀ, ਹੁਣ ਉਹ ਵੀ ਉਹਨਾਂ ਦੇ ਲਈ ਮੋੜਨੇ ਵਾਪਸ ਹੋ ਜਾਣਗੇ। ਬੈਂਕਾਂ ਦਾ ਭਵਿੱਖ ਇਸ ਕਰਕੇ ਮੈਂ ਕਹਿ ਰਿਹਾ ਬਈ ਕੋਈ ਸੁਖਾਵਾਂ ਖਬਰਾਂ ਲੈ ਕੇ ਨਹੀਂ ਆਏਗਾ। ਹਜੇ 28 ਸਤੰਬਰ ਤੱਕ ਸਾਨੂੰ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਨੋਨ ਪਰਫੋਰਮਿੰਗ ਐਸੈਟ ਜਿਹੜਾ ਹੈ ਨਹੀਂ ਉਹਨੂੰ ਸਾਬਤ ਕਰਨਾ, ਨਹੀਂ ਕਿਸੇ ਤਰੀਕੇ ਦੇ ਨਾਲ ਨੋਨ ਉਹਨੂੰ ਲੇਬਲਿੰਗ ਕਰਨੀ ਨੋਨ ਪਰਫੋਰਮਿੰਗ ਐਸੈਟ ਦੀ। ਪਰ ਕਿਤੇ ਨਾ ਕਿਤੇ ਜਦੋਂ ਇਹ ਸੁਪਰੀਮ ਕੋਰਟ ਦੀ ਰੂਲਿੰਗ ਖਤਮ ਹੋ ਜਾਏਗੀ ਜਾਂ ਜਦੋਂ ਮੁਅੱਤਲ ਕੀਤੀਆਂ ਹੋਈਆਂ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ, ਬੈਲੈਂਸ ਸ਼ੀਟਾਂ ਖੁੱਲਣਗੀਆਂ, ਉਦੋਂ ਸਾਨੂੰ ਪਤਾ ਲੱਗੇਗਾ ਵੀ ਸਾਡਾ ਜਿਹੜਾ ਨੋਨ ਪਰਫੋਰਮਿੰਗ ਐਸੈਟ ਹੈ ਜਿਹਦੀ 15% ਤੱਕ ਦੀ ਜਿਹੜੀ ਜਾਣਕਾਰੀ ਹੈ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਨੇ ਦਿੱਤੀ ਹੈ ਉਹ ਹੋਰ ਜ਼ਿਆਦਾ ਐਕਸਪਲੋਡ ਕਰੇਗੀ। ਜੀ
ਚਲੋ ਸਰ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹਾਂ ਵੀ ਜਿਹੜੀ ਇਕੋਨਮੀ ਹੈ ਡਾਊਨ ਚੱਲ ਰਹੀ ਹੈ, ਜਿਹੜੀ ਜੀ ਡੀ ਪੀ ਹੈ ਡਾਊਨ ਚੱਲ ਰਹੀ ਹੈ, ਸੋ ਉਸਦਾ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਕਰੋਨਾ ਨੂੰ ਦਿੱਤਾ ਜਾ ਰਿਹਾ, ਪਰ ਇਸ ਤੋਂ ਬਾਹਰ ਆਉਣ ਦਾ ਕੀ ਤਰੀਕਾ ਕਿ ਹਾਂ ਵੀ ਕਿਵੇਂ ਇਕੋਨਮੀ ਚੰਗੀ ਕੀਤੀ ਜਾ ਸਕਦੀ ਹੈ? ਦੇਖੋ ਜੀ, ਸਾਡੀ ਇਕੋਨਮੀ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਇਕੋਨਮੀ ਦਾ ਚੱਕਰ ਜਿਹੜਾ ਸੀ ਘੁੰਮਣੋਂ ਪਹਿਲਾਂ ਹੀ ਜਿਹੜੀ ਸਪੀਡ ਸੀ ਉਹਦੀ ਘੱਟ ਗਈ ਸੀਗੀ ਜੀ। ਹੁਣ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ 'ਚ ਹੋਰ ਸਮੱਸਿਆ ਆਉਣ ਵਾਲੀ ਹੈ, ਲੋਕਡਾਊਨ ਦੀ ਆ ਜਾਵੇ, ਕਰਜ਼ੇ ਮੁਅੱਤਲ ਕਰਨ ਦੀ ਆ ਜਾਵੇ, ਬੈਂਕਾਂ ਨੂੰ ਲੈ ਕੇ ਆ ਜਾਵੇ, ਕਾਰਪੋਰੇਟ ਦੀ ਆ ਜਾਵੇ, ਅਨਇੰਪਲੋਇਮੈਂਟ ਦੀ ਆ ਜਾਵੇ, ਭਾਵੇਂ ਮੁਦਰਾ ਸਫੀਤੀ ਨੂੰ ਲੈ ਕੇ ਮਹਿੰਗਾਈ ਦੀ ਆ ਜਾਵੇ, ਕਿਸੇ ਵੀ ਤਰੀਕੇ ਦੀ ਪ੍ਰੋਬਲਮਸ ਇਹਦੇ 'ਚ ਆਉਣਗੀਆਂ ਔਰ ਇਹ ਨਜ਼ਰ ਆਏਗੀ। ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਠੀਕ ਨੀਤੀਆਂ ਜੇ ਸਰਕਾਰ ਬਣਾਉਣ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਵੀ ਇਹਦੇ ਉੱਤੇ ਕਾਬੂ ਕੀਤਾ ਜਾ ਸਕਦਾ। ਸਾਡੇ ਕੋਲ ਦੋ ਟਰਮ ਜਿਹੜੀਆਂ ਅਰਥਚਾਰੇ ਦੇ ਮਾਹਰ ਜਿਹੜੀ ਗੱਲ ਕਰਦੇ ਨੇ ਵੀ ਦੋ ਪੱਖੋਂ ਦੀ ਇਹਦਾ ਇਲਾਜ ਕਰਨ ਦੀ ਲੋੜ ਹੈ। ਇੱਕ ਤਾਂ ਹੈਗਾ ਸ਼ਾਰਟ ਟਰਮ ਮੈਜਰਸ ਜਿਹੜੀਆਂ ਨੇ, ਕਿਉਂਕਿ ਸਰਕਾਰ ਨੇ ਦੇਖੋ ਜੀ ਆਪਾਂ ਪਿਛਲੇ ਸਾਲ ਤੋਂ ਦੇਖੀਏ, ਸਰਕਾਰ ਨੇ 1,45,000 ਕਰੋੜ ਰੁਪਈਆ ਕੰਪਨੀਆਂ ਦੇ ਲਈ ਕਾਰਪੋਰੇਟ ਸੈਕਟਰ ਨੂੰ ਦਿੱਤਾ ਸੀ ਵੀ ਉਹ ਕਿਸੇ ਤਰੀਕੇ ਦੇ ਨਾਲ ਨਿਵੇਸ਼ ਕਰਨ। ਉਸ ਤੋਂ ਇਲਾਵਾ ਸਰਕਾਰ ਨੇ 70,000 ਕਰੋੜ ਰੁਪਈਆ ਬੈਂਕਾਂ ਦੇ ਵਿੱਚ ਦਿੱਤਾ ਵੀ ਬੈਂਕ ਲੋਨ ਦੇ ਦੇਣ, ਕਰਜ਼ੇ ਦੇ ਦੇਣ, ਤਾਂ ਅਰਥਵਿਵਸਥਾ ਕਿਸੇ ਤਰੀਕੇ ਨਾਲ ਪਟੜੀ 'ਤੇ ਆ ਸਕੇ, ਪਰ ਉਹ ਲੀਹਾਂ 'ਤੇ ਨਹੀਂ ਆਈ। ਬੈਂਕਾਂ ਦਾ ਰਲੇਵਾਂ ਕਰਕੇ ਦੇਖ ਲਿਆ ਸਰਕਾਰਾਂ ਨੇ। ਉਸ ਤੋਂ ਇਲਾਵਾ 25,000 ਕਰੋੜ ਰੁਪਈਆ ਰੀਅਲ ਅਸਟੇਟ ਸੈਕਟਰ ਨੂੰ ਵੀ ਦੇ ਕੇ ਦੇਖ ਲਿਆ ਵੀ ਸ਼ਾਇਦ ਕੰਸਟਰਕਸ਼ਨ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਰਹਿਣ ਅਤੇ ਅਰਥਵਿਚਾਰਾ ਸਾਡਾ ਲੀਹਾਂ 'ਤੇ ਆ ਜਾਏ, ਪਰ ਕਿਸੇ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਬਣੀ, ਕਿਉਂਕਿ ਸਮੱਸਿਆ ਜਿਹੜੀ ਹੈ ਇਹ ਸਪਲਾਈ ਸਾਈਡ ਦੀ ਮੈਜਰਸ ਨੇ ਜਿਨ੍ਹਾਂ ਦਾ ਅਸਰ ਘੱਟ ਪੈ ਰਿਹਾ। ਸਾਨੂੰ ਡਿਮਾਂਡ ਸਾਈਡ ਖਪਤ ਜਿਹੜੀ ਹੈ, ਸਮੱਸਿਆ ਤਾਂ ਖਪਤ ਦੇ ਉੱਤੇ ਹੈ, ਸਾਡੀ ਖਪਤ ਜਾਂ ਮੰਗ ਜਿਹੜੀ ਹੈ ਉਹ ਘਟੀ ਹੋਈ ਹੈ। ਸਰਕਾਰ ਨੂੰ ਮੰਗ ਵਾਸਤੇ ਉਪਰਾਲਾ ਕਰਨ ਦੀ ਲੋੜ ਹੈ, ਤਾਂ ਉਹਦੇ ਵਾਸਤੇ ਦੋ ਪੱਖੋਂ ਆਪਾਂ ਕੰਮ ਕਰ ਸਕਦੇ ਹਾਂ। ਪਹਿਲੀ ਜਿਹੜੀ ਚੀਜ਼ ਹੈ ਸ਼ਾਰਟ ਟਰਮ ਮੈਜਰਸ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਪੈਸਾ ਸਿੱਧੇ ਤੌਰ 'ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰੇ, ਜਿੱਦਾਂ ਅਸੀਂ 500 ਰੁਪਈਏ ਦੀ ਗੱਲ ਕੀਤੀ ਸੀ। 500 ਇਸ ਵੈਰੀ ਵੈਰੀ ਨੋਮੀਨਲ ਅਮਾਊਂਟ, ਇੱਕ ਬਹੁਤ ਹੀ ਛੋਟਾ ਅਮਾਊਂਟ ਹੈ ਜਿਹਨੂੰ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੇ ਲੈਵਲ 'ਤੇ ਲੈ ਕੇ ਜਾਣਾ ਪਏਗਾ। ਹੁਣ ਸਰਕਾਰ ਨੇ ਪਿੱਛੇ ਜੇ ਕਿਹਾ ਵੀ ਅਸੀਂ 80 ਕਰੋੜ ਲੋਕਾਂ ਨੂੰ ਜਿਹੜਾ ਰਾਸ਼ਨ ਹੈ ਉਹ ਦੇਵਾਂਗੇ, ਮੁਫ਼ਤ ਰਾਸ਼ਨ ਜਿਹੜਾ ਹੈ ਉਹ ਦੇਵਾਂਗੇ। ਜਿੱਦਾਂ ਲੋਕਾਂ ਦੇ ਜੇਬਾਂ ਦੇ ਵਿੱਚ ਪੈਸਾ ਪਾਉਣ ਦੀ ਲੋੜ ਹੈ, ਮੇਰਾ ਆਪਣਾ ਅੰਦਾਜ਼ਾ ਵੀ ਜੇ ਅਸੀਂ 7,500 ਤੋਂ 10,000 ਰੁਪਈਆ ਘੱਟੋ ਘੱਟ ਅਗਲੇ 3 ਸਾਲ ਹਰੇਕ ਬੰਦੇ ਦੇ ਖਾਤੇ ਦੇ ਵਿੱਚ ਪਾਈਏ, ਤਾਂ ਇਹ ਜਿਹੜੀ ਹੈ ਪ੍ਰੋਬਲਮ ਡਿਮਾਂਡ ਦੀ ਕਿਤੇ ਨਾ ਕਿਤੇ ਠੀਕ ਹੋਏਗੀ, ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਖਪਤ ਉੱਠੇਗੀ ਤਾਂ ਜਿਹੜਾ ਵਪਾਰੀ ਵਰਗ ਹੈ ਉਹ ਪ੍ਰੋਡਕਸ਼ਨ ਕਰੇਗਾ, ਉਤਪਾਦਨ ਕਰੇਗਾ। ਜੇ ਉਤਪਾਦਨ ਹੋਏਗਾ ਤਾਂ ਨਵੀਆਂ ਨੌਕਰੀਆਂ ਵੀ ਨਿਕਲਣਗੀਆਂ, ਜਿਹੜੀਆਂ ਨੌਕਰੀਆਂ ਨਿਕਲਣਗੀਆਂ ਉਹਦੇ ਨਾਲ ਖਪਤ ਜਿਹੜੀ ਹੈ ਹੋਰ ਵਧੇਗੀ, ਬੈਂਕਾਂ ਨੂੰ ਹੋਰ ਜਿਹੜੇ ਕਰਜ਼ੇ ਲਿੱਤੇ ਆ ਉਹ ਪੂਰੇ ਹੋਣਗੇ, ਲੋਨ ਮੋੜੇ ਜਾਣਗੇ, ਤਾਂ ਉਹਦੇ ਨਾਲ ਸਾਈਕਲ ਜਿਹੜਾ ਹੈ, ਜਿਹੜਾ ਪ੍ਰੋਬਲਮ ਆਈ ਹੋਈ ਹੈ ਉਹ ਸਾਈਕਲ ਦੁਬਾਰਾ ਤੋਂ ਲੀਹਾਂ 'ਤੇ ਆ ਜਾਏਗਾ। ਪਹਿਲੀ ਚੀਜ਼ ਤਾਂ ਇਹ ਹੈ। ਦੂਜੀ ਇਸ ਤੋਂ ਇਲਾਵਾ ਆਉਂਦਾ ਵੀ ਲੌਂਗ ਟਰਮ ਮੈਜਰਸ, ਵੀ ਲੌਂਗ ਟਰਮ ਦੇ ਵਿੱਚ ਇਹ ਤਾਂ ਹੈ ਵੀ ਅਸੀਂ 3-4 ਮਹੀਨੇ ਦੇ ਵਿੱਚ ਮੋਟੇ ਤੌਰ 'ਤੇ ਕੀ ਕਰ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਵੀ ਅਸੀਂ ਲੌਂਗ ਟਰਮ ਦੇ ਵਿੱਚ ਕੀ ਕਰ ਸਕਦੇ ਹਾਂ, ਅਗਲੇ ਪੂਰੇ ਸਾਲ ਦੇ ਵਿੱਚ ਤਕਰੀਬਨ 2021 ਤੱਕ ਅਸੀਂ ਕੀ ਕਰ ਸਕਦੇ ਹਾਂ, 2022 ਤੱਕ ਅਸੀਂ ਕੀ ਕਰ ਸਕਦੇ ਹਾਂ। ਤਾਂ ਸਰਕਾਰ ਨੂੰ ਜਿਹੜਾ ਇਨਫਰਾਸਟ੍ਰਕਚਰ ਹੈ, ਜਿਹੜਾ ਬੁਨਿਆਦੀ ਢਾਂਚਾ ਹੈ ਸਾਡਾ, ਉਹਨੂੰ ਉਸਾਰਨ ਦੀ ਲੋੜ ਹੈ। ਉਹਨੂੰ ਅਸੀਂ ਪਿੰਡਾਂ ਤੋਂ ਸ਼ੁਰੂ ਕਰ ਸਕਦੇ ਹਾਂ, ਮਨਰੇਗਾ ਵਰਗੀ ਸਕੀਮ ਜਿਹੜੀ ਹੈ ਉਹਨੂੰ ਅਸੀਂ ਰੀਫਿਊਲ ਕਰੀਏ। ਉਹਦੇ ਵਿੱਚ ਪੈਸਾ ਖਤਮ ਹੋ ਗਿਆ, ਭਾਵੇਂ ਜੁਲਾਈ ਦੇ ਮਹੀਨੇ 'ਚ ਬਰਸਾਤਾਂ ਦੇ ਕਰਕੇ ਖੜ ਗਿਆ, ਭਾਵੇਂ ਪੈਸਾ ਖਾਲੀ ਹੋ ਗਿਆ, ਖਜ਼ਾਨਾ ਜਿਹੜਾ ਹੈ ਮਨਰੇਗਾ ਦਾ ਉਹ ਭਰਨ ਦੀ ਲੋੜ ਹੈ। ਉਹਦੇ ਨਾਲ ਲੋਕਾਂ ਨੂੰ ਨੌਕਰੀਆਂ ਮਿਲਣ, ਡਿਮਾਂਡ ਜਿਹੜੀ ਹੈ ਉਹਦੇ ਨਾਲ ਜਨਰੇਟ ਹੋਵੇ,
ਬਿਕੋਜ਼ ਸਪਲਾਈ ਸਾਨੂੰ ਇਸ ਵੇਲੇ ਨਹੀਂ ਪ੍ਰੋਪਰਲੀ ਲੀਹਾਂ 'ਤੇ ਲੈ ਕੇ ਆ ਸਕਦੀ। ਦੂਜੀ ਜਿਹੜੀ ਚੀਜ਼ ਹੈ ਬਈ, ਇਸ ਤੋਂ ਇਲਾਵਾ ਅਸੀਂ ਇੱਕ ਬੜਾ ਹੀ ਵਿਚਿੱਤਰ ਜੀ ਇੱਕ ਸਥਿਤੀ ਦੇਖ ਰਹੇ ਹਾਂ ਵੀ ਸਟਾਕ ਮਾਰਕੀਟ ਔਰ ਸੋਨਾ ਉਹ ਲਗਾਤਾਰ ਵੱਧ ਰਹੇ ਹੈ। ਸਟਾਕ ਮਾਰਕੀਟ 40,000 ਦੇ ਲਾਗੇ ਜਾ ਰਹੀ ਹੈ ਪਰਸੋਂ ਦਾ, ਜਿਹੜਾ ਅੱਜ ਅਸੀਂ ਐਤਵਾਰ ਨੂੰ ਇਹ ਰਿਕਾਰਡ ਕਰ ਰਹੇ ਹਾਂ, ਜਿਹੜਾ ਸ਼ੁੱਕਰਵਾਰ ਜਿੱਦਾਂ ਵਰਕਿੰਗ ਡੇ ਸੀਗਾ ਉਸ ਦਿਨ ਸਟਾਕ ਮਾਰਕੀਟ ਤਕਰੀਬਨ 39,000 ਪੁਆਇੰਟਸ 'ਤੇ ਜਾ ਰਹੀ ਸੀ, ਉਹ ਛਾਲਾਂ ਮਾਰ ਰਹੀ ਹੈ। ਸਟਾਕ ਮਾਰਕੀਟ 42,000 ਤੋਂ ਥੱਲੇ ਗਈ, 28,000 ਤੋਂ ਹੁਣ 39,000 'ਤੇ ਆ ਗਈ। ਆਖਿਰ ਸਮੱਸਿਆ ਕੀ ਹੈ, ਕਿਉਂ ਸਟਾਕ ਮਾਰਕੀਟ ਉੱਤੇ ਜਾ ਰਹੀ ਹੈ ਜਦਕਿ ਅਰਥਚਾਰਾ ਥੱਲੇ ਜਾ ਰਿਹਾ? ਇਹਦਾ ਮਤਲਬ ਜਿਹੜੇ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਹੈ ਉਹ ਸਟਾਕਸ ਦੇ ਵਿੱਚ ਲਾ ਰਹੇ ਹਾਂ, ਸਾਨੂੰ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਲੋੜ ਹੈ ਜਾਂ ਉਹਨਾਂ ਤੋਂ ਸਰਕਾਰ ਬੌਂਡ ਜਾਰੀ ਕਰਕੇ ਉਹ ਪੈਸਾ ਆਪਣੇ ਕੋਲ ਲੈ ਕੇ ਆਵੇ ਤਾਂ ਕਿ ਪੈਸਾ ਜਿਹੜਾ ਗਰੀਬਾਂ ਤੱਕ ਪਹੁੰਚੇ ਜਾਂ ਜਿਹੜੀਆਂ ਜਿੱਥੇ ਸਰਕਾਰ ਨੇ ਬੁਨਿਆਦੀ ਢਾਂਚਾ ਜਿਹੜੇ ਉਹਦੀ ਉਸਾਰੀ ਕਰਨੀ ਹੈ ਉਹਦੇ ਵਾਸਤੇ ਪਹੁੰਚੇ। ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਹੀ ਆਉਂਦੀ ਹੈ ਉਹ ਆਉਂਦੀ ਹੈ ਸੋਨੇ ਨੂੰ ਲੈ ਕੇ। ਸੋਨੇ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੈ ਹਿੰਦੁਸਤਾਨ ਦੇ ਵਿੱਚ। ਜਿਹੜੀ ਗੋਲਡ ਕਾਊਂਸਲ ਦੀ ਰਿਪੋਰਟ ਹੈ ਉਹ ਕਹਿੰਦੀ ਹੈ 25,000 ਟਨ ਸੋਨਾ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਏ ਹੈ। ਉਹਦੇ ਮੰਦਰ ਵੀ ਹੋ ਸਕਦੇ, ਉਹਦੇ ਤੁਸੀਂ ਔਰ ਮੈਂ ਵੀ ਸ਼ਾਮਿਲ ਲੱਗੇ ਹਾਂ। ਇਹ 25,000 ਟਨ ਜਿਹੜਾ ਸੋਨਾ ਹੈ ਇਹਦੀ ਜਿਹੜੀ ਕੀਮਤ ਹੈ ਤਕਰੀਬਨ 1,00,000 ਕਰੋੜ ਰੁਪਈਆ ਇਹਦੀ ਕੀਮਤ ਹੈ। ਤਾਂ ਇਹ ਜਿਹੜਾ ਸੋਨਾ ਹੈ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਗੋਲਡ ਐਮਨੈਸਟੀ ਸਕੀਮ ਲੈ ਕੇ ਆਏ, ਜਿੱਦਾਂ ਮੁਰਾਰਜੀ ਦੇਸਾਈ ਨੇ 1973 ਦੇ ਵਿੱਚ ਲਿਆਂਦੀ ਸੀ, ਜਿਹਦੇ 'ਚ ਲੋਕਾਂ ਨੂੰ ਇਹ ਕਿਹਾ ਜਾਏਗਾ ਤੁਸੀਂ ਸੋਨਾ ਦੇ ਦਿਓ ਉਹਦੇ ਬਦਲੇ ਪੈਸੇ ਲੈ ਜਾਓ, ਤਾਂ ਕਿ ਸਰਕਾਰ ਜਿਹੜੀ ਹੈ ਹੋਰ ਪੈਸਾ ਛਾਪਣ ਦੀ ਮੁਦਰਾ ਜਿਹੜੀ ਹੈ ਹੋਰ ਉਹਦੇ ਨਾਲ ਗੋਲਡ ਜਦੋਂ ਸਰਕਾਰ ਲੈ ਲਏਗੀ ਤਾਂ ਸਰਕਾਰ ਦੀ ਜਿਹੜੀ ਕਪੈਸਿਟੀ ਹੈ ਨੋਟ ਛਾਪਣ ਦੀ ਉਹ ਵੱਧ ਜਾਂਦੀ ਹੈ। ਤਾਂ ਸਰਕਾਰ ਹੋਰ ਪੈਸਾ ਛਾਪੇ ਔਰ ਹੋਰ ਲੋਕਾਂ ਤੱਕ ਪੈਸਾ ਪਹੁੰਚੇ, ਇੱਕ ਪਾਸੇ ਗੋਲਡ ਦੇ ਨਾਲ ਗੋਲਡ ਲੈ ਕੇ ਸਰਕਾਰ ਜਿਹੜੀ ਹੈ ਲੋਕਾਂ ਤੱਕ ਪੈਸਾ ਪਹੁੰਚਾਏਗੀ, ਦੂਜਾ ਨਵੀਂ ਜਿਹੜੀ ਮੁਦਰਾ ਛਾਪੇਗੀ ਉਹਦੇ ਨਾਲ ਵੀ ਲੋਕਾਂ ਤੱਕ ਪੈਸਾ ਪਹੁੰਚੇਗਾ। ਔਰ ਲਾਸਟ ਜਿਹੜਾ ਇਹਦੇ ਵਿੱਚ ਇੱਕ ਕਦਮ ਚੁੱਕਿਆ ਜਾ ਸਕਦਾ ਉਹ ਹੈ ਬੌਂਡਸ ਇਸ਼ੂ ਕਰੇ। ਸਰਕਾਰ ਬੌਂਡਸ ਇਸ਼ੂ ਕਰਕੇ ਕੀਤਾ ਹੈ, ਥੋੜ੍ਹੇ ਲੈਵਲ 'ਤੇ ਹੋਇਆ ਵੀ ਹੈ। ਜਿਹੜੇ ਲੋਕਾਂ ਕੋਲ ਇਸ ਵੇਲੇ ਪੈਸਾ ਹੈ, ਜਿਹੜੇ ਐਵੇਂ ਜਾਂ ਤਾਂ ਬਾਹਰੋਂ ਚੀਜ਼ਾਂ ਖਰੀਦ ਰਹੇ ਨੇ ਜਾਂ ਉਹਨੂੰ ਸੋਨੇ 'ਚ ਲਾ ਰਹੇ ਨੇ ਅਤੇ ਜਾਂ ਸਟਾਕ ਮਾਰਕੀਟ ਦੇ ਵਿੱਚ ਉਹਨੂੰ ਬਗੈਰ ਦੇਖਿਆ ਸੋਚਿਆ ਸਮਝਿਆ ਪੈਸਾ ਲਾ ਰਹੇ ਹਾਂ, ਉਹ ਪੈਸਾ ਸਰਕਾਰ ਕਿਸੇ ਤਰੀਕੇ ਨਾਲ ਆਪਣੇ ਕੋਲ ਲੈ ਕੇ ਆਏ ਤਾਂ ਕਿ ਉਹਦਾ ਸਹੀ ਜਿਹੜਾ ਪੈਸੇ ਦਾ ਇਸਤੇਮਾਲ ਹੈ ਉਹ ਹੋ ਸਕੇ ਜੀ। ਸੋ ਅਸੀਂ ਗੱਲਬਾਤ ਕਰ ਰਹੇ ਹਾਂ ਕਰੋਨਾ ਦੇ ਹੋਣ ਵਾਲੇ ਪ੍ਰਭਾਵ, ਚਾਹੇ ਉਹ ਮੰਦੀ ਦੀ ਗੱਲ ਹੋਵੇ ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਹੋਵੇ। ਸੋ ਇਸ ਵਿਸ਼ੇ ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ ਮਾਹਰ ਡਾਕਟਰ ਰਾਜੀਵ ਖੋਸਲਾ ਜੀ ਦੇ ਨਾਲ। ਅਤੇ ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। USA ਚੈਨਲ ਦਾ ਇੱਕ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਜ਼ਰੂਰੀ ਨੁਕਤਿਆਂ ਬਾਰੇ ਤੁਹਾਨੂੰ ਜਾਣੂ ਕਰਾਉਂਦਾ, ਅਮਰੀਕੀ ਸਿਆਸਤ ਦੀ ਤਾਜ਼ਾ ਗੱਲਬਾਤ ਸੁਣਾਉਂਦਾ, ਪੰਜਾਬ ਮੇਂ USA ਚੈਨਲ ਵੀਕਲੀ ਪ੍ਰੋਗਰਾਮ ਅਮਰੀਕਾ ਅੱਜ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਛੱਤਰ ਗਿੱਲ ਅਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ TV ਚੈਨਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਡਾਕਟਰ ਸਾਹਿਬ, ਜਿਹੜੇ ਸਾਡੇ NRI ਭੈਣ ਭਰਾ ਨੇ ਜੋ ਕਿ ਬਾਹਰ ਰਹਿੰਦੇ ਨੇ ਅਤੇ ਪਰ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਇੰਡੀਆ ਦੇ ਜਿਹੜੇ ਬੈਂਕਸ ਨੇ ਉਹਨਾਂ ਵਿੱਚ, ਸੋ ਕੀ ਜੋ ਮੌਜੂਦਾ ਹਾਲਾਤ ਨੇ ਕੀ ਉਹਨਾਂ ਦਾ ਪ੍ਰਭਾਵ ਉਸ ਪੈਸੇ 'ਤੇ ਪਵੇਗਾ?
ਪੈਸਾ ਉਹਨਾਂ ਦਾ ਸੇਫ ਹੈ ਜੀ, ਪੈਸੇ ਦੇ ਵਿੱਚ ਇੱਦਾਂ ਕੋਈ ਦਿੱਕਤ ਨਹੀਂ ਹੈ, ਪੈਸੇ ਦੀ ਸਮੱਸਿਆ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇੱਦਾਂ ਨਹੀਂ ਆਉਣ ਵਾਲੀ, ਉਹਨਾਂ ਦਾ ਪੈਸਾ ਪੂਰੇ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਸੁਰੱਖਿਅਤ ਹੈ। ਸਮੱਸਿਆ ਜਿਹੜੀ ਹੈ ਉਹ ਆਉਂਦੀ ਹੈ, ਦੇਖੋ ਸਰਕਾਰ ਦੀਆਂ, ਮੈਂ ਫਿਰ ਕਿਤੇ ਨਾ ਕਿਤੇ ਕਹਿੰਦਾ ਵੀ ਗਲਤ ਨੀਤੀਆਂ ਦੇ ਕਾਰਨ, ਜੇ ਹੁਣ ਯੈਸ ਬੈਂਕ ਦਾ ਸਾਡੇ ਸਾਹਮਣੇ ਉਦਾਹਰਣ ਹੈਗਾ ਜਾਂ ਪੰਜਾਬ ਐਂਡ ਮਹਾਰਾਸ਼ਟਰਾ ਬੈਂਕ ਦਾ ਸਾਡੇ ਸਾਹਮਣੇ ਉਦਾਹਰਣ ਹੈਗਾ ਵੀ ਸਰਕਾਰਾਂ ਕਰਦੀਆਂ ਕੀ ਨੇ, ਜੇ ਇੱਕ ਬੈਂਕ ਡੁੱਬ ਰਿਹਾ ਤਾਂ ਉਹਨੂੰ ਬਚਾਉਣ ਦੇ ਖਾਤਰ ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਮੋਹਰੇ ਰੱਖਤਾ ਵੀ ਸਟੇਟ ਬੈਂਕ ਆਫ ਇੰਡੀਆ ਉਹਨੂੰ ਬਚਾਏਗਾ। ਹੁਣ ਸਟੇਟ ਬੈਂਕ ਆਫ ਇੰਡੀਆ 'ਚ ਪੈਸਾ ਕਿਹਦਾ ਲੱਗਾ ਹੋਇਆ? ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸਰਕਾਰ ਨੇ ਟੈਕਸਪੇਅਰਸ ਦਾ ਪੈਸਾ, ਜਿਹੜਾ ਲੋਕਾਂ ਤੋਂ ਇਕੱਠਾ ਕੀਤਾ ਟੈਕਸ ਦੇ ਤੌਰ 'ਤੇ, ਉਹ ਪੈਸਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਭਰਤਾ ਔਰ ਸਟੇਟ ਬੈਂਕ ਆਫ ਇੰਡੀਆ ਨੂੰ ਕਹਿਤਾ ਯੈਸ ਬੈਂਕ ਨੂੰ ਬਚਾ ਲਏ। ਉਹ ਕਿਤੇ ਨਾ ਕਿਤੇ ਸੱਟ ਜਿਹੜੀ ਲੱਗ ਰਹੀ ਹੈ ਉਹ ਸਰਕਾਰ ਨੂੰ ਖੋਰਾ ਲਾ ਰਿਹਾ ਉਹ ਪੈਸਾ, ਉਹ ਆਮ ਲੋਕਾਂ ਦੇ ਉੱਤੇ ਉਹਦਾ ਫਰਕ ਨਹੀਂ ਬਹੁਤਾ ਪੈਣਾ ਹੈਗਾ, ਆਮ ਲੋਕਾਂ ਦਾ ਪੈਸਾ ਹਜੇ ਸੁਰੱਖਿਅਤ ਹੈ। ਦੂਜੀ ਜਿਹੜੀ ਚੀਜ਼ ਹੈ, ਲੇਕਿਨ ਜੇ ਸਰਕਾਰ ਦੀ ਜਿਹੜੀ ਪਾਲਿਸੀ ਗਲਤ ਆ ਜਾਂਦੀ, ਜਿੱਦਾਂ ਇੱਕ FRDI ਬਿੱਲ ਆ ਰਿਹਾ ਸੀ, ਫਾਈਨੈਂਸ਼ੀਅਲ ਰਿਸਪੋਂਸੀਬਿਲਿਟੀ ਐਂਡ ਡਿਪੋਜ਼ਿਟਰੀ ਇੰਸ਼ੋਰੈਂਸ ਬਿੱਲ ਜਿਹੜਾ ਹੈ ਇਹ 2017 ਦੇ ਵਿੱਚ ਸਰਕਾਰ ਨੇ ਘੜਿਆ ਸੀ, ਜੇ ਇੱਦਾਂ ਦਾ ਬਿੱਲ ਆ ਜਾਂਦਾ ਜਿਹੜਾ ਇਹ ਕਹਿੰਦਾ ਵੀ ਜੇ ਬੈਂਕ ਡੁੱਬ ਰਿਹਾ ਤਾਂ ਸਰਕਾਰ ਕੋਈ ਹੈਲਪ ਨਹੀਂ ਕਰੇਗੀ ਕਿਸੇ ਤਰੀਕੇ ਨਾਲ, ਉਸ ਬੈਂਕ ਦੀ ਮਦਦ ਨਹੀਂ ਕਰੇਗੀ, ਸਟੇਟ ਬੈਂਕ ਆਫ ਇੰਡੀਆ ਨੂੰ ਦੁਬਾਰਾ ਜਾਂ LIC ਨੂੰ ਦੁਬਾਰਾ ਬੈਂਕਾਂ ਦੀ ਮਦਦ ਦੇ ਲਈ ਨਹੀਂ ਉਤਾਰਿਆ ਜਾਏਗਾ। ਜਿਹੜੇ ਲੋਕਾਂ ਦਾ ਪੈਸਾ, ਡਿਪੋਜ਼ਿਟਰਸ ਦਾ, ਜਿਨ੍ਹਾਂ ਨੇ ਪੈਸਾ ਉਹਨਾਂ ਬੈਂਕਾਂ ਦੇ ਵਿੱਚ ਲਾਇਆ, ਉਹੀ ਪੈਸਾ ਜਿਹੜਾ ਹੈ ਉਸ ਬੈਂਕ ਨੂੰ ਉਭਾਰਨ ਦੇ ਲਈ, ਉਸ ਬੈਂਕ ਨੂੰ ਉਸ ਦੇ ਵਿੱਚੋਂ ਦੇ ਨਿਵਾਰਨ ਕਰਨ ਦੇ ਲਈ ਪੈਸਾ ਯੂਜ਼ ਹੋਏਗਾ। ਤਾਂ ਇੱਥੇ ਸਮੱਸਿਆ NRI ਦੇ ਲਈ ਵੀ ਹੈ, ਇੱਥੇ ਹੀ 19 ਸਮੱਸਿਆ ਜਿਹੜਾ ਭਾਰਤੀ ਬੰਦਾ ਹੈਗਾ ਉਹਦੇ ਲਈ, ਜਿਹੜੇ ਹਿੰਦੁਸਤਾਨੀ ਨੇ ਉਹਨਾਂ ਦੇ ਲਈ ਵੀ ਹੈਗੀ ਹੈ ਵੀ ਸਾਡਾ ਪੈਸਾ ਹਜੇ ਤੱਕ ਇਨਡਾਇਰੈਕਟ ਤਰੀਕੇ ਨਾਲ, ਸਿੱਧੇ ਤਰੀਕੇ ਦੇ ਨਾਲ ਜਿਹੜਾ ਪੈਸਾ ਹੈ ਟੈਕਸਪੇਅਰਸ ਦਾ ਉਹ ਆ ਰਿਹਾ, ਫਿਰ ਜਿਹੜਾ ਜਮ੍ਹਾਂਕਰਤਾ ਦਾ ਪੈਸਾ ਉਹੀ ਸਿੱਧਾ ਆ ਜਾਏਗਾ, ਉੱਥੇ ਪ੍ਰੋਬਲਮ ਆਏਗੀ, ਉਹ ਟੈਕਸ ਉਹ NRI ਦੇ ਲਈ ਵੀ ਆਏਗੀ, ਉਹ ਹਿੰਦੁਸਤਾਨੀ ਦੇ ਲਈ ਵੀ ਆਏਗੀ ਜੀ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਰਕਾਰ ਕੋਈ ਚੰਗੀਆਂ ਨੀਤੀਆਂ ਸਾਹਮਣੇ ਲੈ ਕੇ ਆਵੇ ਤਾਂ ਜੋ ਜਿਹੜਾ ਹਰੇਕ ਜਿਹੜਾ ਭਾਰਤੀ ਹੈ ਉਸਨੂੰ ਉਸਦਾ ਜਿਹੜਾ ਪੈਸਾ ਹੈ ਉਹ ਸੇਫ ਤਾਂ ਰਹੇ, ਇਸ ਦੇ ਨਾਲ ਜਿਹੜੀ ਉਸਨੂੰ ਨੌਕਰੀ ਵੀ ਮਿਲੇ ਤਾਂ ਜੋ ਜਿਹੜੀ GDP ਹੈ, ਜਿਹੜੀ ਇਕੋਨਮੀ ਹੈ ਉਹ ਦੁਬਾਰਾ ਠੀਕ ਹੋ ਸਕੇ। ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਅਸੀਂ ਗੱਲਬਾਤ ਕਰ ਰਹੇ ਸੀਗੇ ਡਾਕਟਰ ਰਾਜੀਵ ਖੋਸਲਾ ਜੀ ਦੇ ਨਾਲ ਜੋ ਕਿ ਇਕੋਨਮੀ ਦੇ ਮਾਹਰ ਨੇ, ਅਤੇ ਉਹਨਾਂ ਨੇ ਦੱਸਿਆ ਕੀ ਪ੍ਰਭਾਵ ਪੈਣ ਜਾ ਰਿਹਾ ਹੈ ਅਤੇ ਕਿਵੇਂ ਜਿਹੜੀ ਪੂਰਾ ਭਾਰਤ ਹੈ ਉਸਨੂੰ ਰਿਵਾਈਵ ਕਰ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਮੁੱਦਿਆਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਜੁੜਦੇ ਰਹਾਂਗੇ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।